ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਆਪਣੇ ਸਿਆਸੀ ਵਿਰੋਧੀਆਂ ਤੇ ਪਾਰਟੀ ਅੰਦਰਲੇ ਵਿਰੋਧੀਆਂ ਨੂੰ ਰੱਜ ਕੇ ਕੋਸਿਆ। ਉਨ੍ਹਾਂ ਕਿਹਾ ਕਿ ਜੋ ਕੰਮ ਵਿਰੋਧੀਆਂ ਦਾ ਸੀ ਉਨ੍ਹਾਂ ਦੇ ਆਪਣੇ ਨੇ ਹੀ ਕਰ ਦਿੱਤਾ। ਭਰੀ ਪ੍ਰੈਸ ਕਾਨਫਰੰਸ ਵਿਚ ਖਹਿਰਾ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਆਮ ਆਦਮੀ ਪਾਰਟੀ ਛੱਡਣ ਦਾ ਕੋਈ ਵਿਚਾਰ ਨਹੀਂ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੁੱਖ ਇਸ ਗੱਲ ਦਾ ਏ ਕਿ ਉਨ੍ਹਾਂ ਦੀ ਆਪਣੀ ਪਾਰਟੀ ਵਿਚ ਹੀ ਬੈਠੇ ਕੁਝ ਸਿਆਸਤਦਾਨਾਂ ਨੇ ਉਨ੍ਹਾਂ ਦੇ ਖਿਲਾਫ਼ ਸਾਜ਼ਿਸ਼ਾਂ ਘੜੀਆਂ ਨੇ। ਖਹਿਰਾ ਨੇ 9 ਵਿਧਾਇਕਾਂ ਦਾ ਸਮਰਥਨ ਹਾਸਲ ਹੋਣ ਦਾ ਦਾਅਵਾ ਠੋਕਦਿਆਂ ਕਿਹਾ ਕਿ ਉਹ 2 ਅਗਸਤ ਨੂੰ ਬਠਿੰਡਾ ਵਿਚ ਵੱਡਾ ਇਕੱਠ ਕਰਨਗੇ। ਜਦ ਆਪਣੇ ਵਿਚ ਬੈਠੇ ਉਹਨਾਂ ਦਾ ਸਾਥ ਦੇਣ ਲੱਗ ਜਾਣ। ਨਸ਼ਿਆਂ ਦਾ ਮਾਮਲਾ ਹਾਲੇ ਬਾਅਦ ਵਿੱਚ ਉੱਠਿਆ ਅਤੇ ਸਾਡੀ ਪਾਰਟੀ ਦੇ ਕੁਛ ਬੰਦਿਆਂ ਨੇ ਮੇਰੇ ਖਿਲਾਫ਼ ਫਰੰਟ ਖੋਲ੍ਹਤਾ, ਅਸਤੀਫਾ ਚਾਹੀਦਾ ਵਾ। ਹਾਲਾਂਕਿ ਇਟ ਵਾਜ਼ ਮੇਅਰਲੀ ਸਮਨਿੰਗ, ਆਲ ਲੀਡਰਸ ਆਫ ਦਿਸ ਕੰਟਰੀ ਹੈਵ ਬੀਨ ਚਾਰਜ ਸ਼ੀਟਡ, ਸਮਨਡ, ਈਵਨ ਜੇਲਡ। ਉਹ ਲੋਕ ਮੇਰੀ ਅਤੇ ਅਸਤੀਫਾ ਮੰਗਣ ਲੱਗ ਗਏ ਅਤੇ ਸਾਡੇ ਵਾਲਿਆਂ ਨੇ ਕਿਹਾ ਅਸਤੀਫਾ ਛੇਤੀ ਦੇਣਾ ਚਾਹੀਦਾ। ਨੰਬਰ 1, ਕੌਨਸਪਰੇਸੀ ਅਗੇਂਸਟ ਮੀ। ਆਹ ਪਿੱਛੇ ਇੱਕ ਆਡੀਓ ਰਿਲੀਜ਼ ਹੋਇਆ, ਇੱਕ ਛੋਟਾ ਬੱਚਾ ਰੱਖਿਆ ਹੋਇਆ ਸਾਡੀ ਪਾਰਟੀ ਦੇ ਵਿੱਚ, ਉਸਦਾ ਆਡੀਓ ਰਿਲੀਜ਼ ਹੋਇਆ, ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਵਾ। ਉਹਦੇ ਵਿੱਚ ਉਹ ਸਾਜਿਸ਼ ਨਜ਼ਰ ਆਉਂਦੀ ਕਿ ਸੁਖਪਾਲ ਸਿੰਘ ਖਹਿਰਾ ਦਾ ਕੱਦ ਘਟਾਉਣਾ ਵਾ, ਕੱਟਣਾ ਇਹਨੂੰ, ਇਸ ਨੂੰ ਕੱਟਣਾ ਇਸ ਦਾ ਕੱਦ, ਔਰ ਨਾਲ ਅਬਿਊਜ਼ਿਵ ਲੈਂਗੁਏਜ ਅਗੇਂਸਟ ਦੀ MLAs, ਨੋ ਐਕਸ਼ਨ। ਪੰਜਾਬ ਦੇ ਪਾਣੀਆਂ ਦਾ, ਪੰਜਾਬ ਦੇ ਜੋ ਹਕੂਕ ਨੇ ਚੰਡੀਗੜ੍ਹ ਸਮੇਤ, ਜੋ ਸਾਡੀਆਂ ਪੁਰਾਣੀਆਂ ਮੰਗਾਂ ਸਮੇਤ, ਅਤੇ ਜੋ ਹੁਣ ਭ੍ਰਿਸ਼ਟਾਚਾਰ ਅਤੇ ਲੁੱਟ ਘਸੁੱਟ ਮਚਾਈ ਆ ਰਵਾਇਤੀ ਪਾਰਟੀਆਂ, ਰਵਾਇਤੀ ਟੱਬਰਾਂ ਨੇ, ਅਗਰ ਇਹ ਕਾਰਨ ਹੈ LOP ਦੇ ਜਾਣ ਦਾ, 100 ਅਹੁਦੇ ਨਿਛਾਵਰ ਹੈ ਇਸ ਤੋਂ, 100 ਅਹੁਦੇ। ਇਫ ਗਿਵਨ ਅ ਚਾਂਸ ਅਗੇਨ, ਆਈ ਵਿਲ ਕੈਰੀ ਔਨ ਦ ਸੇਮ ਏਜੰਡਾ ਫੋਰ ਪੰਜਾਬ।